Good morning, students. How are you all? Okay, tell me firstly, ਹਰ ਇਨਸਾਨ ਦੇ ਮਨ ਵਿੱਚ ਵੱਡਾ ਹੋ ਕੇ ਕੁਝ ਬਣਨ ਦੀ ਰੀਝ ਹੁੰਦੀ ਹੈ. ਓਕੇ, ਤੁਹਾਡਾ ਵੀ ਕੋਈ ਸੁਪਨਾ ਹੋਵੇਗਾ. ਤੁਸੀਂ ਦੱਸੋ, ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਕੀ ਤੁਸੀਂ ਕਦੇ ਹਵਾਈ ਜਹਾਜ਼ ਵਿੱਚ ਸਫ਼ਰ ਕੀਤਾ ਹੈ? ਹਵਾਈ ਜਹਾਜ਼ ਚਲਾਉਣ ਵਾਲੇ ਨੂੰ ਕੀ ਕਹਿੰਦੇ ਹਨ? ਓਕੇ, ਟੂਡੇ ਵੀ ਗੈਟ ਨੌਲੇਜ ਅਬਾਊਟ ਪਾਇਲਟ ਐਂਡ ਐਨ ਐਰੋਪਲੇਨ ਫਰੋਮ ਲੈਸਨ ਨੰਬਰ 2. ਓਕੇ, ਨਾਓ ਓਪਨ ਯੂਅਰ ਬੁੱਕਸ, ਬੁੱਕ ਪੇਜ ਨੰਬਰ 7, ਲੈਸਨ ਨੰਬਰ 2, ਪਾਰਟ 2. ਮੈਂ ਪਾਇਲਟ ਬਣਾਂਗੀ. ਰਾਈਟ ਡਾਊਨ ਮਿਤੀ ਐਂਡ ਦਿਨ. ਕਹਾਣੀਕਾਰ ਦਾ ਨਾਂ ਰਮੇਸ਼ ਭਾਰਤੀ. ਐਤਵਾਰ ਦਾ ਦਿਨ ਸੀ. ਅਸੀਂ ਸਾਰੇ ਛੱਤ 'ਤੇ ਬੈਠੇ ਧੁੱਪ ਸੇਕ ਰਹੇ ਸਾਂ. ਮੰਮੀ ਅਖ਼ਬਾਰ ਪੜ੍ਹ ਰਹੇ ਸਨ. ਪਾਪਾ ਮੈਨੂੰ ਪੜ੍ਹਾ ਰਹੇ ਸਨ. ਕਿਹੜਾ ਦਿਨ ਸੀ? ਐਤਵਾਰ ਦਾ ਦਿਨ ਸੀ. ਅਸੀਂ ਸਾਰੇ ਕਿੱਥੇ ਬੈਠੇ ਸੀ? ਛੱਤ 'ਤੇ ਬੈਠੇ. ਕੀ ਕਰ ਰਹੇ ਸੀ? ਧੁੱਪ ਸੇਕ ਰਹੇ ਸੀ. ਮੰਮੀ ਕੀ ਕਰ ਰਹੇ ਸਨ? ਅਖ਼ਬਾਰ ਪੜ੍ਹ ਰਹੇ ਸਨ. ਅਤੇ ਪਾਪਾ ਮੈਨੂੰ ਕੀ ਕਰ ਰਹੇ ਸਨ? ਪੜ੍ਹਾ ਰਹੇ ਸਨ. ਅਚਾਨਕ ਬਹੁਤ ਤੇਜ਼ ਆਵਾਜ਼ ਕਰਦਾ ਹੋਇਆ ਹਵਾਈ ਜਹਾਜ਼ ਸਾਡੇ ਕੋਠੇ ਉੱਪਰੋਂ ਲੰਘਿਆ. ਮੇਰਾ ਧਿਆਨ ਪੜ੍ਹਨ ਵੱਲੋਂ ਹਟ ਗਿਆ ਅਤੇ ਮੈਂ ਅਸਮਾਨ ਵੱਲ ਦੇਖਣ ਲੱਗੀ. ਅਚਾਨਕ ਕੀ ਹੋਇਆ ਬੇਟਾ? ਬਹੁਤ ਤੇਜ਼ ਆਵਾਜ਼ ਆਈ ਅਤੇ ਹਵਾਈ ਜਹਾਜ਼ ਸਾਡੇ ਕੋਠੇ ਕਿੱਥੋਂ ਲੰਘਿਆ? ਸਾਡੇ ਕੋਠੇ ਉੱਪਰੋਂ ਮੀਨਸ ਛੱਤ ਉੱਪਰੋਂ ਲੰਘਿਆ. ਮੇਰਾ ਧਿਆਨ ਕੀ ਸੀ? ਪੜ੍ਹਨ ਵੱਲੋਂ ਹਟ ਗਿਆ. ਜਦੋਂ ਆਪਾਂ ਪੜ੍ਹਦੇ ਹੋਈਏ ਅਤੇ ਕੋਈ ਆਵਾਜ਼ ਆਏ ਤਾਂ ਆਪਣਾ ਅਚਾਨਕ ਧਿਆਨ ਹਟ ਜਾਂਦਾ ਨਾ. ਅਤੇ ਮੈਂ ਅਸਮਾਨ ਵੱਲ ਦੇਖਣ ਲੱਗੀ. ਮੈਂ ਕਿੱਥੇ ਦੇਖਣ ਲੱਗੀ? ਅਸਮਾਨ ਵੱਲ ਦੇਖਣ ਲੱਗੀ. ਮੈਂ ਹਵਾਈ ਜਹਾਜ਼ ਨੂੰ ਉਦੋਂ ਤੱਕ ਦੇਖਦੀ ਰਹੀ ਜਦੋਂ ਤੱਕ ਉਹ ਪਲਾਂ ਛੀਨਾਂ ਵਿੱਚ ਮੇਰੀਆਂ ਅੱਖਾਂ ਓਲੇ ਨਾ ਹੋ ਗਿਆ. ਮੈਂ ਕਦੋਂ ਹਵਾਈ ਜਹਾਜ਼ ਨੂੰ ਦੇਖਦੀ ਰਹੀ? ਜਦੋਂ ਤੱਕ ਉਹ ਮੇਰੀਆਂ ਅੱਖਾਂ ਤੋਂ ਪਲਾਂ ਛੀਨਾਂ ਵਿੱਚ, ਮੀਨਸ ਅੰਡਰਲਾਈਨ ਦਾ ਟਫ ਵਰਡਸ ਆਲਸੋ, ਬਹੁਤ ਥੋੜ੍ਹੇ ਸਮੇਂ ਵਿੱਚ, ਪਲਾਂ ਛੀਨਾਂ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ, ਓਲੇ ਮੀਨਸ ਪਰੇ, ਮੇਰੀਆਂ ਅੱਖਾਂ ਤੋਂ ਪਰੇ ਨਹੀਂ ਹੋ ਗਿਆ. ਉਦੋਂ ਤੱਕ ਮੈਂ ਕੀ ਕਰਦੀ ਰਹੀ? ਅਸਮਾਨ ਵੱਲ ਹੀ ਦੇਖਦੀ ਰਹੀ. ਮੈਂ ਸੋਚ ਰਹੀ ਸੀ, ਕਾਸ਼ ਮੈਂ ਵੀ ਇੰਝ ਹੀ ਉੱਡ ਸਕਦੀ. ਓਕੇ, ਹਵਾਈ ਜਹਾਜ਼ ਨੂੰ ਅਸਮਾਨ ਵਿੱਚ ਪਲਾਂ ਛੀਨਿਆਂ ਵਿੱਚ ਅੱਖਾਂ ਤੋਂ ਓਲੇ ਹੁੰਦਿਆਂ ਵੇਖ ਕੇ ਮੈਂ ਕੀ ਸੋਚ ਰਹੀ ਸੀ? ਕਾਸ਼ ਮੈਂ ਵੀ ਇੰਝ ਹੀ ਉੱਡ ਸਕਦੀ. ਮੈਨੂੰ ਅਸਮਾਨ ਵੱਲ ਦੇਖ ਕੇ ਪਾਪਾ ਨੇ ਪੁੱਛਿਆ, ਬੇਟੀ ਸ਼ਾਇਦ ਤੂੰ ਉਸ ਹਵਾਈ ਜਹਾਜ਼ ਬਾਰੇ ਹੀ ਸੋਚ ਰਹੀ ਹੈ. ਜਦੋਂ ਮੈਂ ਅਸਮਾਨ ਵੱਲ ਦੇਖ ਰਹੀ ਸੀ ਨਾ, ਤਾਂ ਪਾਪਾ ਨੇ ਕੀ ਪੁੱਛਿਆ? ਬੇਟੀ ਸ਼ਾਇਦ ਤੂੰ ਉਸ ਹਵਾਈ ਜਹਾਜ਼ ਬਾਰੇ ਹੀ ਸੋਚ ਰਹੀ ਹੈ. ਇੱਥੇ ਬੇਟਾ ਮੈਂ ਕਿਸ ਲਈ ਵਰਤਿਆ ਗਿਆ? ਇੱਕ ਲੜਕੀ ਹੈ. ਓਕੇ, ਉਸਦੇ ਪਾਪਾ, ਉਹ ਆਪਣੇ ਪਾਪਾ ਨੂੰ ਕੋਲੋਂ ਪੜ੍ਹ ਰਹੀ ਆ. ਅਚਾਨਕ ਉੱਪਰ ਆਵਾਜ਼ ਆਉਂਦੀ ਛੱਤ 'ਤੇ, ਅਤੇ ਉਹ ਮਤਲਬ ਦੌੜਦੀ ਕੀ ਕਰਦੀ ਹੈ? ਉੱਪਰ ਦੇਖਦੀ ਹੈ, ਅਸਮਾਨ ਵੱਲ ਦੇਖਦੀ ਹੈ. ਹਵਾਈ ਜਹਾਜ਼ ਉਦੋਂ ਤੱਕ ਹਵਾਈ ਜਹਾਜ਼ ਨੂੰ ਦੇਖਦੀ ਰਹਿੰਦੀ ਜਦੋਂ ਤੱਕ ਉਹ ਪਲਾਂ ਛੀਨਾਂ ਵਿੱਚ ਬਹੁਤ ਥੋੜੇ ਸਮੇਂ 'ਚ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਗਿਆ, ਮੀਨਸ ਪਰੇ ਨਹੀਂ ਹੋ ਗਿਆ. ਅਤੇ ਉਸ ਨੂੰ ਦੇਖਦੀ ਹਵਾਈ ਜਹਾਜ਼ ਨੂੰ, ਉਹ ਸੋਚਦੀ ਕਾਸ਼ ਮੈਂ ਵੀ ਇੰਝ ਹੀ ਉੱਡ ਸਕਦੀ. ਓਕੇ, ਜਦੋਂ ਉਹ ਅਸਮਾਨ ਵੱਲ ਦੇਖ ਰਹੀ ਹੁੰਦੀ ਨਾ, ਉਹਦੇ ਪਾਪਾ ਉਹਨਾਂ ਨੂੰ ਉਸ ਨੂੰ ਪੁੱਛਦੇ, ਬੇਟੀ ਸ਼ਾਇਦ ਤੂੰ ਇਹ ਸੋਚ ਰਹੀ ਹੈ ਕਿ ਮੈਂ ਵੀ ਹਵਾਈ ਜਹਾਜ਼ ਦੀ ਤਰ੍ਹਾਂ ਉੱਪਰ ਉੱਡ ਸਕਦੀ. ਅੱਗੋਂ ਲੜਕੀ ਕੀ ਕਹਿੰਦੀ ਹੈ? ਹਾਂ ਪਾਪਾ, ਮੈਂ ਸੋਚ ਰਹੀ ਸੀ, ਕਾਸ਼ ਮੈਂ ਵੀ ਇੰਝ ਉੱਡ ਸਕਦੀ. ਓਕੇ, ਉਹ ਕਹਿੰਦੀ, ਹਾਂ ਪਾਪਾ ਜੀ, ਮੈਂ ਇਹੀ ਸੋਚ ਰਹੀ ਸੀ ਕਿ ਮੈਂ ਵੀ ਹਵਾਈ ਜਹਾਜ਼ ਦੀ ਤਰ੍ਹਾਂ ਉੱਡ ਸਕਦੀ. ਹਾਂ ਬੇਟਾ, ਜਿਵੇਂ ਜਹਾਜ਼ ਨੂੰ ਵੇਖ ਕੇ ਤੇਰਾ ਉੱਡਣ ਨੂੰ ਜੀ ਕੀਤਾ ਹੈ. ਜੀ ਮੀਨਸ ਮਨ. ਇਸੇ ਤਰ੍ਹਾਂ ਪਹਿਲਾਂ ਪਹਿਲ ਪੰਛੀਆਂ ਨੂੰ ਉੱਡਦਿਆਂ ਦੇਖ ਕੇ ਵੀ ਮਨੁੱਖ ਦੇ ਦਿਲ ਵਿੱਚ ਵੀ ਉੱਡਣ ਦੀ ਇੱਛਾ ਨੇ ਜਨਮ ਲਿਆ. ਓਕੇ, ਪਾਪਾ ਕੀ ਕਹਿ ਰਹੇ ਆਪਣੀ ਬੇਟੀ ਨੂੰ? ਹਾਂ ਬੇਟਾ, ਜਿਵੇਂ ਜਹਾਜ਼ ਨੂੰ ਦੇਖ ਕੇ ਤੇਰਾ ਉੱਡਣ ਨੂੰ ਜੀ ਕਰਦਾ, ਤੇਰਾ ਉੱਡਣ ਨੂੰ ਮਨ ਕੀਤਾ, ਇਸੇ ਤਰ੍ਹਾਂ ਪਹਿਲਾਂ ਪਹਿਲਾਂ ਕੀ ਸੀ? ਪੰਛੀਆਂ ਨੂੰ ਉੱਡਦਿਆਂ ਦੇਖ ਕੇ ਮਨੁੱਖ ਦੇ ਦਿਲ ਵਿੱਚ ਵੀ ਉੱਡਣ ਦੀ ਇੱਛਾ ਨੇ ਕੀ ਲਿਆ ਸੀ? ਜਨਮ ਲਿਆ ਸੀ. ਸਭ ਤੋਂ ਪਹਿਲਾਂ ਮਨੁੱਖ ਨੇ ਹੱਥਾਂ ਨਾਲ ਬਣਾਉਟੀ ਖੰਭ ਲਾ ਕੇ ਪੰਛੀਆਂ ਵਾਂਗ ਉੱਡਣ ਦੀ ਕੋਸ਼ਿਸ਼ ਕੀਤੀ. ਕੀ ਕੀਤਾ ਮਨੁੱਖ ਨੇ? ਬਣਾਉਟੀ ਮੀਨਸ ਨਕਲੀ. ਉਹਨਾਂ ਨੇ ਆਪਣੇ ਹੱਥਾਂ ਨਾਲ ਨਾ ਬਣਾਉਟੀ ਆਰਟੀਫਿਸ਼ਲ ਖੰਭ ਲਾ ਕੇ ਨਾ, ਜਿਵੇਂ ਪੰਛੀ ਹੁੰਦੇ ਨਾ, ਉਵੇਂ ਬਣ ਗਏ ਅਤੇ ਉਸ ਤਰ੍ਹਾਂ ਉੱਡਣ ਦੀ ਕੋਸ਼ਿਸ਼ ਕੀਤੀ. ਪਰ ਉਹ ਅਜਿਹਾ ਕਰਨ ਵਿੱਚ ਬਹੁਤਾ ਸਫਲ ਨਾ ਹੋਇਆ. ਕੀ ਹੋਇਆ? ਪਰ ਉਸਨੂੰ ਉਹਨਾਂ ਨੂੰ ਸਕਸੈਸਫੁਲ ਨਾ ਹੋਏ. ਫਿਰ ਤਾਂ ਮਨੁੱਖ ਹਿੰਮਤ ਹਾਰ ਕੇ ਬੈਠ ਗਿਆ ਹੋਣਾ.
मैं पापा जी नूं सवाल किया, मैं मिस ओ लड़की ने अपने पापा जी नूं सवाल किया कि जदों असफल होया पंछियां दी तरह खंभ ला के बनावटी खंभ ला के उड्डन विच मनुख, तां फिर ओ हार मन के हिम्मत हार के बैठ गया होना है।